ਸ਼ੁਭ ਵੈਰੀ ਗੁੱਡ ਈਵਨਿੰਗ ਟੂ ਆਲ ਆਫ ਯੂ IBS ਦੇ ਯੂਟਿਊਬ ਚੈਨਲ 'ਤੇ ਆਫਿਸ਼ੀਅਲ ਯੂਟਿਊਬ ਚੈਨਲ 'ਤੇ ਵਿੱਚ ਤੁਹਾਡਾ ਸਵਾਗਤ ਹੈ ਅਤੇ ਪੰਜਾਬ ਪੁਲਿਸ ਦੀ ਬਹੁਤ ਵਧੀਆ 1746 ਵੈਕੈਂਸੀ ਵਿੱਚੋਂ ਆਈਆਂ ਨੇ ਅਤੇ ਉਹਦੀ ਨੋਟੀਫਿਕੇਸ਼ਨ ਲੈ ਕੇ ਤੁਹਾਡੇ ਸਾਹਮਣੇ ਆਏ ਨੇ ਅਤੇ ਕੀ ਵੈਕੈਂਸੀ ਹੈ ਵਿੱਚੋਂ ਕਿਵੇਂ ਇਹਨੂੰ ਭਰਨਾ ਹੈ ਕਿੱਦਾਂ ਕੀ ਪੇਪਰ ਹੋਊਗਾ ਕਿੱਦਾਂ ਅਸੀਂ ਪੰਜਾਬ ਪੁਲਿਸ ਦੇ ਵਿੱਚ ਜਿਹੜੀ ਕੌਂਸਟੇਬਲ ਦੀ ਵੈਕੈਂਸੀ ਹੈ ਵਿੱਚੋਂ ਇਹ ਉਹਦੇ ਵਿੱਚ ਕਿੱਦਾਂ ਸਿਲੈਕਸ਼ਨ ਲੈ ਸਕਦੇ ਹਾਂ ਉਹਦੇ ਬਾਰੇ ਪੂਰੀ ਡਿਟੇਲਸ ਜਾਣਕਾਰੀ ਤੁਹਾਨੂੰ ਦਊਂਗਾ ਬੱਚੋ ਅੱਜ ਅਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਦੇਖਿਓ ਜਿਹੜੇ ਬੱਚੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਜਾਂ ਬਾਹਰੋਂ ਪੰਜਾਬ ਦੇ ਆਊਟਸਾਈਡਰ ਬੱਚੇ ਵੀ ਭਰ ਸਕਦੇ ਨੇ ਜਿਹਨਾਂ ਕੋਲ 10ਵੀਂ 'ਚ ਪੰਜਾਬੀ ਹੈਗੀ ਹੈ ਅਤੇ ਉਹ ਇਸ ਪੋਸਟ ਨੂੰ ਭਰਨ ਦੇ ਲਈ ਐਲੀਜੀਬਲ ਨੇ ਅਤੇ ਸਾਰੀ ਡਿਟੇਲ ਬੱਚੋ ਅੱਜ ਦੇਖਾਂਗੇ ਅਤੇ ਤੁਹਾਨੂੰ ਜੇ ਤੁਸੀਂ ਇਸ ਚੈਨਲ 'ਤੇ ਨਵੇਂ ਹੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਪੰਜਾਬ ਪੁਲਿਸ ਦੇ ਜਾਂ ਫਿਰ ਪੰਜਾਬ ਦੀ ਜਿਹੜੀ ਵੈਕੈਂਸੀ ਅੱਗੇ ਆਉਣੀ ਮਤਲਬ ਪਟਵਾਰੀ ਜਿਵੇਂ ਹੋ ਗਿਆ ਜਾਂ ਜਿਹੜੀ ਵੈਕੈਂਸੀ ਵਿੱਚੋਂ ਆਊਗੀ ਅੱਗੇ ਉਹਦੇ ਬਾਰੇ ਤੁਹਾਨੂੰ ਪੂਰੀ ਨੋਟੀਫਿਕੇਸ਼ਨ ਜਾਣਕਾਰੀ ਪ੍ਰੋਪਰ ਟਾਈਮਲੀ ਮਿਲਦੀ ਰਹੂਗੀ ਠੀਕ ਹੈ ਅਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਪੂਰੀ ਲਾਸਟ ਤੱਕ ਦੇਖਿਓ ਬੱਚੋ ਪੂਰੀ ਡਿਟੇਲ ਮੈਂ ਸਮਝਾਊਂਗਾ ਕਿਵੇਂ ਕਿਵੇਂ ਤੁਸੀਂ ਭਰ ਸਕਦੇ ਹੋ ਵੈਕੈਂਸੀ ਨੂੰ ਕਦੋਂ ਪੇਪਰ ਹੋਊਗਾ ਕੀ ਹੋਊਗਾ ਡਿਟੇਲ ਪੂਰੀ ਦੇਖਦੇ ਹਾਂ ਬੱਚੋ ਠੀਕ ਹੈ ਇਹ ਵੈਕੈਂਸੀ ਜਿਹੜੀ ਹੈ 14 ਮਾਰਚ ਤੋਂ ਯਾਨੀ ਥਰਸਡੇ ਤੋਂ ਸ਼ੁਰੂ ਹੈ ਬੱਚੋ ਸ਼ਾਮੀ 7 ਵਜੇ ਤੋਂ ਲੈ ਕੇ 4 ਅਪ੍ਰੈਲ ਯਾਨੀ 20 ਦਿਨ ਦੇ ਵਿੱਚ ਤੁਸੀਂ ਇਹਨੂੰ ਫਾਰਮ ਨੂੰ ਭਰ ਸਕਦੇ ਹੋ ਥਰਸਡੇ ਤੱਕ ਠੀਕ ਹੈ ਗੁਰੂਵਾਰ ਤੋਂ ਲੈ ਕੇ ਅਗਲੇ ਥਰਸਡੇ ਤੱਕ ਤੋ ਅਤੇ 20 ਦਿਨ ਦਾ ਤੁਹਾਨੂੰ ਟੈਨਿਓਰ ਮਿਲਣਾ ਬੱਚੋ ਇਹਨੂੰ ਫਾਰਮ ਨੂੰ ਭਰਨ ਵਾਸਤੇ ਤੁਸੀਂ ਇਸ ਵੈਬਸਾਈਟ 'ਤੇ ਜਾ ਕਰ ਤੁਸੀਂ ਆਪਣੀ ਡਿਟੇਲ ਜਿਹੜੀ ਹੈ ਉਹ ਫਿਲ ਕਰ ਸਕਦੇ ਹੋ ਔਨਲਾਈਨ ਫਾਰਮ ਭਰਨਾ ਹੈ ਜਿਹੜੀ ਫੀਸ ਹੋਊਗੀ ਵਿੱਚੋਂ ਔਨਲਾਈਨ ਲੱਗੂਗੀ ਸਾਰੀ ਠੀਕ ਹੈ ਇਹ ਜਿਹੜੀ ਰਿਕਰੂਟਮੈਂਟ ਹੈ ਬੱਚੋ ਪੰਜਾਬ ਇੰਡੀਆ ਅਤੇ ਅਬਰੋਡ ਕਿਤੇ ਵੀ ਪੋਸਟਿੰਗ ਹੋ ਸਕਦੀ ਤੁਹਾਡੀ ਮੋਸਟਲੀ ਤਾਂ ਪੰਜਾਬ ਦੇ ਜਿਹੜੇ ਡਿਸਟ੍ਰਿਕਟਸ ਹੈ ਉਹਨਾਂ ਦੇ ਵਿੱਚ ਵਿੱਚ ਹੀ ਪੋਸਟਿੰਗ ਹੋਊਗੀ ਤੁਹਾਡੀ ਠੀਕ ਹੈ ਜਨਰਲੀ ਬਟ ਇੰਡੀਆ ਦੇ ਵਿੱਚ ਕਿਤੇ ਵੀ ਪੋਸਟਿੰਗ ਹੋ ਸਕਦੀ ਹੈ ਪਹਿਲਾਂ ਲਿਖਿਆ ਅਤੇ ਜਨਰਲ ਦੇ ਵਿੱਚੋਂ 410 ਹੈ ਬਾਕੀ ਆਪਣੀ ਕੈਟੇਗਰੀ ਵਾਈਜ਼ ਤੁਸੀਂ ਦੇਖ ਸਕਦੇ ਹੋ ਬੱਚੋ ਕਿਹੜੀ ਕਿਹੜੀ ਵੈਕੈਂਸੀ ਹੈ ਟੋਟਲ ਜਿਹੜੀ ਅਸੀਂ ਮਿਲਾ ਕੇ ਦੇਖੀਏ ਤਾਂ 970A ਨੇ ਅਤੇ 317A ਨੇ ਵੈਕੈਂਸੀ ਰਿਜ਼ਰਵ ਫੋਰ ਵੁਮੈਨ ਇਹ ਵੈਕੈਂਸੀ ਜਿਹੜੀ ਹੈ ਬੱਚੋ ਇਹ ਕੌਂਸਟੇਬਲ ਦੀ ਵੈਕੈਂਸੀਜ਼ ਨੇ ਡਿਸਟ੍ਰਿਕਟ ਪੁਲਿਸ ਕੈਡਰ ਦੀ ਠੀਕ ਹੈ ਇਸ 'ਚ ਸਪੋਰਟਸਮੈਨ ਪਰਸਨ ਐਕਸਕਲੂਡ ਹੈ ਬੱਚੋ ਇਹ ਸਾਰੇ ਸਾਰੇ ਬਿਨਾਂ ਸਪੋਰਟਸ ਪਰਸਨ ਵਾਲੀ ਵੈਕੈਂਸੀਜ਼ ਨੇ ਅਤੇ ਟੋਟਲ 970 ਵੈਕੈਂਸੀਜ਼ ਜਨਰਲ ਨੇ ਅਤੇ 317 ਰਿਜ਼ਰਵ ਫੋਰ ਵਿਮੈਨ ਹੈ ਇਹ ਪਰਟੀਕੁਲਰਲੀ ਇਹ ਜਿਹੜੇ 970 ਹੈ ਇਸ 'ਚ ਵਿਮੈਨ ਅਤੇ ਮੈਨ ਦੋਨੋਂ ਐਲੀਜੀਬਲ ਨੇ ਅਤੇ ਇਹ ਪਰਟੀਕੁਲਰਲੀ ਵਿਮੈਨ ਵਾਸਤੇ ਹੈ ਬੱਚੋ ਵੈਕੈਂਸੀ 317 ਇਸ 'ਚ ਮੇਲ ਪਰਸਨ ਵਿਲ ਨੋਟ ਬੀ ਐਂਟਰਟੇਨ ਬੱਚੋ ਇਸ ਇਹਦੇ ਵਿੱਚ ਠੀਕ ਹੈ ਅੱਗੇ ਜਿਹੜੀ ਕੌਂਸਟੇਬਲ ਇਨ ਆਰਮਡ ਪੁਲਿਸ ਕੈਡਰ ਹੈ ਉਹਦੇ ਵਿੱਚ ਬੱਚੋ ਟੋਟਲ ਵੈਕੈਂਸੀਜ਼ ਸਾਡੇ ਕੋਲ 776 ਨੇ ਠੀਕ ਹੈ ਅਤੇ ਇੱਥੇ ਵਿਮੈਨ ਵਾਸਤੇ ਬੱਚੋ 253 ਇਹ ਕੁੱਲ ਟੋਟਲ ਮਿਲਾ ਕਰ ਟੋਟਲ ਬਣਦੀ ਵਿੱਚੋਂ 1740 ਵੈਕੈਂਸੀ ਠੀਕ ਹੈ ਅਤੇ ਪੇ ਸਕੇਲ ਜਿਹੜਾ ਹੈ 19,900 ਪੇ ਸਕੇਲ ਹੈ ਮਿਨੀਮਮ ਪੇ ਸਕੇਲ ਫੋਰ 3 ਈਅਰਸ ਫਰੋਮ ਦੀ ਡੇਟ ਆਫ ਜੁਆਇਨਿੰਗ 3 ਸਾਲ ਤੱਕ ਬੱਚੋ ਤੁਹਾਡੀ ਮੰਥਲੀ ਜਿਹੜੀ ਸੈਲਰੀ ਰਹੂਗੀ 19,900 ਰਹੂਗੀ ਠੀਕ ਹੈ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਜੇ ਪੇ ਕਮਿਸ਼ਨ ਲੱਗਦਾ ਤਾਂ ਉਸਦੇ ਬਾਅਦ ਲੱਗੂਗਾ ਬੱਚੋ 3 ਸਾਲ ਤੋਂ ਬਾਅਦ ਇਹ ਤੁਸੀਂ ਮੰਨ ਸਕਦੇ ਹੋ 3 ਸਾਲ ਦਾ ਪ੍ਰੋਬੇਸ਼ਨ ਕਰ ਸਕਦੇ ਹੋ ਤੁਸੀਂ ਪ੍ਰੋਬੇਸ਼ਨ 'ਤੇ ਸੈਲਰੀ ਮਿਲਣੀ ਹੈ ਉਹ 19,900 ਮਿਲਣੀ ਹੈ ਠੀਕ ਹੈ ਅਸੈਂਸ਼ੀਅਲ ਰਿਕੁਆਇਰਮੈਂਟ ਫੋਰ ਕੈਂਡੀਡੇਟ ਸ਼ੁੱਡ ਬੀ ਅ ਸਿਟੀਜ਼ਨ ਆਫ ਇੰਡੀਆ ਠੀਕ ਹੈ ਇੰਡੀਅਨ ਸਿਟੀਜ਼ਨ ਹੋਣੇ ਚਾਹੀਦੇ ਅਤੇ 18 ਤੋਂ ਲੈ ਕੇ 28 ਸਾਲ ਤੱਕ ਦੀ ਤੁਹਾਡੀ ਉਮਰ ਇਸ ਦੇ ਵਿੱਚ ਰੇਂਜ ਹੋਣੀ ਚਾਹੀਦੀ ਹੈ ਜੇ ਤੁਹਾਡਾ ਕੋਈ ਏਜ ਰਿਲੈਕਸੇਸ਼ਨ ਤੁਹਾਨੂੰ ਤੁਸੀਂ ਅਵੇਲ ਕਰਨੀ ਹੈ ਤਾਂ ਤੁਹਾਨੂੰ ਕਿਸੇ ਕੈਟੇਗਰੀ ਦੇ ਵਿੱਚ ਆਉਣਾ ਪੈਣਾ ਤਾਂ ਤੁਸੀਂ ਅਵੇਲ ਕਰ ਸਕਦੇ ਹੋ ਉਹਦੇ ਬਾਰੇ ਮੈਂ ਦੱਸੂੰਗਾ ਅੱਗੇ ਬਟ 18 ਤੋਂ 28 ਸਾਲ ਤੱਕ ਤੁਸੀਂ ਇਹਨੂੰ ਫੋਰਮ ਨੂੰ ਭਰ ਸਕਦੇ ਹੋ ਬੱਚੋ ਇਹ 1 ਜਨਵਰੀ 2024 ਤੋਂ ਕਾਊਂਟ ਹੋਊਗੀ ਠੀਕ ਹੈ ਰਿਲੈਕਸੇਸ਼ਨ ਆਫ 5 ਈਅਰਸ ਇਹ ਤੁਹਾਨੂੰ ਦੱਸਿਆ ਕਿ ਸ਼ਡਿਊਲ ਕਾਸਟ ਬੈਕਵਰਡ ਕਲਾਸ ਵਾਸਤੇ 5 ਈਅਰਸ ਦਾ ਰਿਲੈਕਸੇਸ਼ਨ ਹੈ 28+5 33 ਹੋ ਜਾਣਾ ਬੱਚੋ ਠੀਕ ਹੈ 33 ਈਅਰਸ ਤੱਕ ਤੁਹਾਨੂੰ ਐਲੀਜੀਬਲ ਹੋਵੋਗੇ ਜੇ ਤੁਸੀਂ ਕੈਟੇਗਰੀ ਦੇ ਬਿਲੋਂਗ ਕਰਦੇ ਅਦਰਵਾਈਜ਼ ਜੋ ਜਨਰਲ ਕੈਟੇਗਰੀ ਦੇ ਵਿੱਚੋਂ 18 ਤੋਂ ਲੈ ਕੇ 28 ਤੱਕ ਹੋਵੋਗੇ ਠੀਕ ਹੈ ਐਕਸ ਸਰਵਿਸਮੈਨ ਨੂੰ ਵੀ ਰਿਲੈਕਸੇਸ਼ਨ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਠੀਕ ਹੈ ਅਤੇ
ਜਿਹੜੇ ਸੈਂਟਰਲ ਗਵਰਨਮੈਂਟ ਦੇ ਇੰਪਲੋਈਜ਼ ਹੈ ਉਹਨਾਂ ਨੂੰ ਵੀ 5 ਸਾਲ ਦੀ ਰਿਲੈਕਸੇਸ਼ਨ ਛੂਟ ਹੈ ਬੱਚੋਂ, ਅਤੇ 33 ਸਾਲ ਤੱਕ ਤੁਸੀਂ ਇਹਨੂੰ ਫੋਰਮ ਨੂੰ ਭਰ ਸਕਦੇ ਹੋ ਜੇ ਤੁਸੀਂ ਕਿਸੇ ਵੀ ਕੈਟੇਗਰੀ ਦੇ ਵਿੱਚ ਆਉਂਦੇ ਹੋ। ਐਜੂਕੇਸ਼ਨ ਕੁਆਲੀਫਿਕੇਸ਼ਨ ਬੱਚੋਂ 10+2 ਚਾਹੀਦੀ ਹੈ ਇਹਦੇ ਵਿੱਚ ਫਰੋਮ ਰੈਕੋਗਨਾਈਜ਼ ਯੂਨੀਵਰਸਿਟੀ ਜਾਂ ਬੋਰਡ, ਠੀਕ ਹੈ, ਅਤੇ ਰੈਕੋਗਨਾਈਜ਼ ਐਜੂਕੇਸ਼ਨ ਬੋਰਡ ਜਾਂ ਯੂਨੀਵਰਸਿਟੀ। ਇਨ ਕੇਸ ਆਫ ਐਕਸਟਰਨਲ ਮਿਨੀਮਮ ਐਜੂਕੇਸ਼ਨ ਕੁਆਲੀਫਿਕੇਸ਼ਨ ਸ਼ੁੱਡ ਬੀ ਮੈਟ੍ਰਿਕੁਲੇਸ਼ਨ, ਜਿਹੜੇ ਆਲਰੇਡੀ ਆਰਮੀ 'ਚ ਜਾਂ ਕਿਤੇ ਵੀ ਮਿਲਟਰੀ 'ਚ ਐਕਸ ਸਰਵਿਸਮੈਨ ਰਹੇ ਨੇ, ਅਤੇ ਉਹਨਾਂ ਦੇ ਵਾਸਤੇ 10th ਜਿਹੜੀ ਹੈ ਕੁਆਲੀਫਾਈਂਗ ਐਜੂਕੇਸ਼ਨ ਕੁਆਲੀਫਿਕੇਸ਼ਨ ਹੈ ਬੱਚੋ, ਠੀਕ ਹੈ। ਅਦਰਵਾਈਜ਼ ਜਿਹੜੇ ਬਾਕੀ ਕੈਟੇਗਰੀ ਐਕਸ ਸਰਵਿਸਮੈਨ ਨਹੀਂ ਹੈਗੇ ਉਹਨਾਂ ਵਾਸਤੇ ਬੱਚੋ 10th, 12th ਹੈ, 10+2, ਓਕੇ। ਅਤੇ ਕੈਂਡੀਡੇਟ ਮਸਟ ਹੈਵ ਅਟੈਂਡ ਦੀ ਅਬਵ ਮੈਂਸ਼ਨਡ ਐਜੂਕੇਸ਼ਨ ਕੁਆਲੀਫਿਕੇਸ਼ਨ ਔਨ 1st ਜਨਵਰੀ। 1st ਜਨਵਰੀ ਤੱਕ ਤੁਹਾਡੀ ਕਲੀਅਰ ਹੋਣੀ ਚਾਹੀਦੀ ਹੈ ਬੱਚੋ ਇਹ ਪੂਰੀ ਕੁਆਲੀਫਿਕੇਸ਼ਨ ਤੁਹਾਡੀ। ਇੱਦਾਂ ਨਹੀਂ ਵੀ ਤੁਸੀਂ ਹੁਣ ਪੇਪਰ ਦੇ ਰਹੇ ਹੋ ਅਤੇ ਨਾਲ ਦੇ ਨਾਲ ਤੁਸੀਂ ਫੋਰਮ ਵੀ ਭਰ ਰਹੇ ਹੋ, ਇੱਦਾਂ ਨਹੀਂ ਹੋ ਸਕਦਾ ਬੱਚੋ। ਤੁਹਾਡੀ ਕਲੀਅਰ ਹੋਣੀ ਚਾਹੀਦੀ ਹੈ, ਮਤਲਬ ਪਿਛਲੇ ਸਾਲ ਤੁਹਾਡਾ ਜਿਹੜਾ ਹੈ ਉਹ ਪਿਛਲਾ ਤਾਂ 10th ਜਾਂ 12th ਤੁਹਾਡੀ ਕਲੀਅਰ ਹੋ ਜਾਣੀ ਚਾਹੀਦੀ ਬੱਚੋ ਸਾਰੀ, ਠੀਕ ਹੈ। ਮੈਂਡੇਟਰੀ ਕੁਆਲੀਫਿਕੇਸ਼ਨ, ਆਲ ਕੈਂਡੀਡੇਟ ਮਸਟ ਹੈਵ ਪਾਸ ਮੈਟ੍ਰਿਕੁਲੇਸ਼ਨ ਐਗਜ਼ਾਮੀਨੇਸ਼ਨ ਵਿਦ ਪੰਜਾਬੀ। ਬੱਚੋ ਪੰਜਾਬੀ ਵੀ ਤੁਹਾਡੀ ਜਿਹੜੀ ਹੈ 1 ਜਨਵਰੀ ਤੱਕ ਤੁਹਾਡੀ ਕਲੀਅਰ ਹੋਣੀ ਚਾਹੀਦੀ, 10th ਵਾਲੀ ਜਿਹੜੀ ਹੈ ਪੰਜਾਬੀ, ਠੀਕ ਹੈ। ਉਹ ਤੁਹਾਡੇ ਜਿਹੜੇ 10th ਕਲਾਸ ਦੇ ਵਿੱਚ ਤੁਸੀਂ ਪੰਜਾਬੀ ਪੜ੍ਹੀ ਹੋਣੀ ਚਾਹੀਦੀ। ਜੇ ਤੁਸੀਂ ਨਹੀਂ ਪੜ੍ਹੀ ਹੈ ਫਿਰ ਬਾਅਦ 'ਚੋਂ ਵੀ ਤੁਸੀਂ ਪੇਪਰ ਦਿੱਤਾ ਹੈ, ਪਰ ਉਹ ਵੀ 1 ਜਨਵਰੀ ਤੋਂ ਪਹਿਲਾਂ ਹੋਣਾ ਚਾਹੀਦਾ। ਇੱਦਾਂ ਨਹੀਂ ਵੀ ਹੁਣ ਪੇਪਰ ਭਰਦੇ ਪਏ ਆ ਅਤੇ ਹੁਣ ਤੁਸੀਂ ਪੰਜਾਬੀ ਦਾ ਪੇਪਰ ਵੀ ਦੇ ਦਿਓ, ਹੁਣ ਉਹ ਕਾਊਂਟ ਨਹੀਂ ਹੋਊਗਾ ਬੱਚੋ, ਠੀਕ ਹੈ, ਓਕੇ। ਫਿਜ਼ੀਕਲ ਸਟੈਂਡਰਡਸ, ਤੁਹਾਡੇ ਮੇਲ ਵਾਸਤੇ 5 ਫੀਟ 7 ਇੰਚਸ ਐਂਡ ਫੀਮੇਲ ਵਾਸਤੇ 5 ਫੀਟ 2 ਇੰਚਸ ਮਿਨੀਮਮ ਕੈਟੇਗਰੀ ਹੈ ਬੱਚੋ, ਕ੍ਰਾਈਟੀਰੀਆ ਹੈ, ਠੀਕ ਹੈ। ਅਤੇ ਆਲ ਟ੍ਰਾਂਜੈਕਸ਼ਨ ਵਿਲ ਬੀ ਟ੍ਰੀਟਡ ਐਜ਼ ਪਾਰ ਵਿਦ ਫੀਮੇਲ ਕੈਂਡੀਡੇਟਸ। ਟ੍ਰਾਂਸਜੈਂਡਰ ਜਿਹੜੇ ਹੈ ਬੱਚੇ ਉਹ ਫੀਮੇਲ ਕੈਂਡੀਡੇਟਸ ਦੇ ਵਿੱਚ ਹੀ ਮੰਨੇ ਜਾਣਗੇ, ਠੀਕ ਹੈ। ਇਹ ਮਿਨੀਮਮ ਕੁਆਲੀਫਿਕੇਸ਼ਨ ਹੈ, ਮਿਨੀਮਮ ਫਿਜ਼ੀਕਲ ਸਟੈਂਡਰਡਸ ਨੇ। ਮੇਲ ਵਾਸਤੇ 5 ਫੁੱਟ 7 ਇੰਚ ਅਤੇ ਫੀਮੇਲ ਵਾਸਤੇ 5 ਫੁੱਟ 2 ਇੰਚ, ਤੁਸੀਂ ਇਹ ਨੋਟ ਕਰਕੇ ਰੱਖਿਓ। ਤਾਂ ਸਿਲੈਕਸ਼ਨ ਪ੍ਰੋਸੀਜਰ ਬੱਚੋ, 3 ਸਟੇਜਿਸ ਦੇ ਵਿੱਚੋਂ ਪੇਪਰ ਹੋਊਗਾ। ਪਹਿਲਾ ਹੋਊਗਾ ਰਿਟਨ ਟੈਸਟ ਤੁਹਾਡਾ, ਠੀਕ ਹੈ, ਕੰਪਿਊਟਰ ਬੇਸਡ ਟੈਸਟ ਜਿਹਨੂੰ ਕਹਿੰਦੇ ਹਾਂ ਆਪਾਂ CBT। ਇਹਦੇ 2 ਪੇਪਰ ਹੋਣਗੇ ਬੱਚੋ, ਪੇਪਰ 1 ਪੇਪਰ 2। ਪੇਪਰ 1 100 ਨੰਬਰ ਦਾ ਹੋਊਗਾ, ਜਿਹੜੇ ਬਾਅਦ ਡਿਟੇਲ ਮੈਂ ਤੁਹਾਨੂੰ ਦੱਸੂਗਾ। ਪੇਪਰ 2 ਜਿਹੜਾ ਹੈ ਬੱਚੋ, ਪੰਜਾਬੀ ਦਾ ਕੁਆਲੀਫਾਈਂਗ ਪੇਪਰ ਹੈ, 50 ਨੰਬਰ ਦਾ ਹੋਊਗਾ, ਉਸ 'ਚ 25 ਨੰਬਰ ਲੈਣੇ ਕੰਪਲਸਰੀ ਹੈ, 50%। ਜੇ ਤੁਹਾਡੇ 50% ਨਹੀਂ ਆਉਂਦੇ, 25 ਤੋਂ ਘੱਟ ਰਹਿ ਜਾਂਦੇ ਆ, ਤਾਂ ਤੁਸੀਂ ਕੁਆਲੀਫਾਈ ਨਹੀਂ ਹੋਣਾ। ਜਿੰਨੇ ਜ਼ਿਆਦਾ ਆਉਣਗੇ ਬੱਚੋ, ਉਹਦਾ ਵੀ ਕੋਈ ਫਾਇਦਾ ਨਹੀਂ ਹੈ। 25 ਜੇ ਆ ਜਾਣ ਤਾਂ ਦੈਟ ਇਜ਼ ਮਿਨੀਮਮ ਕੁਆਲੀਫਾਈਂਗ। ਜਿੰਨੇ ਤੁਸੀਂ 50 ਚੋਂ 50 ਵੀ ਲਿਆਓਗੇ ਤਾਂ ਵੀ ਉਹ ਮਾਰਕਸ ਕਾਊਂਟ ਨਹੀਂ ਹੋਣੇ ਬੱਚੋ, ਕੁਆਲੀਫਾਈਂਗ ਦਾ ਹੀ ਮਤਲਬ ਹੁੰਦਾ, ਠੀਕ ਹੈ। ਤਾਂ ਦਿਸ ਇਜ਼ ਜਸਟ ਅ ਕੁਆਲੀਫਾਈਂਗ ਪੇਪਰ, ਪੇਪਰ 2 ਪੰਜਾਬੀ ਦਾ। ਪੇਪਰ 1 ਜਿਹੜਾ ਹੋਊਗਾ ਇਹਦੇ ਵਿੱਚ ਜਿਹੜੀ ਮੈਰਿਟ ਬਣੂਗੀ ਬੱਚੋ ਬੱਚਿਆਂ ਦੀ, ਠੀਕ ਹੈ। ਹੁਣ ਸਟੇਜ 2 ਦੇ ਵਿੱਚ ਜਿਹੜੇ ਬੱਚੇ ਇਸ ਤੋਂ ਕੁਆਲੀਫਾਈ ਹੋਣਗੇ, ਅੱਗੇ ਜਾਓਗੇ ਬੱਚੋ, ਉਹਨਾਂ ਦਾ ਫਿਜ਼ੀਕਲ ਟੈਸਟ ਹੋਊਗਾ। ਫਿਜ਼ੀਕਲ ਟੈਸਟ ਦੇ ਵਿੱਚ ਤੁਹਾਡਾ ਜਿਹੜਾ ਰਨਿੰਗ ਹੋਊਗੀ ਜਾਂ ਲੌਂਗ ਜੰਪ ਹਾਈ ਜੰਪ ਹੋਊਗੀ, ਉਹ ਸਾਰਾ ਤੁਹਾਨੂੰ ਦੱਸੂਗਾ ਕਿੱਦਾਂ ਕਿੱਦਾਂ ਹੋਊਗੀ ਬੱਚੋ। ਅਤੇ ਸਟੇਜ 3 ਹੋ ਗਿਆ ਡਾਕੂਮੈਂਟ ਵੇਰੀਫਿਕੇਸ਼ਨ, ਜਿਹੜੀ DV ਕਹਿੰਦੇ ਜਿਹਨੂੰ, ਡਾਕੂਮੈਂਟ ਵੇਰੀਫਿਕੇਸ਼ਨ ਹੁੰਦੀ ਹੈ ਬੱਚੋ। ਇਹਨੂੰ ਤੁਹਾਨੂੰ ਬੁਲਾਇਆ ਜਾਂਦਾ ਹੈ ਦਫ਼ਤਰ ਦੇ ਵਿੱਚ, ਅਤੇ ਤੁਹਾਡੇ ਡਾਕੂਮੈਂਟ ਜਿਹੜੇ ਹੈ ਉਹ ਕੀਤੇ ਜਾਂਦੇ ਵੇਰੀਫਾਈ, ਓਕੇ। ਤਾਂ CBT ਕਿੰਨਾ ਹੋ ਕਿੱਦਾਂ ਹੋਊਗਾ ਬੱਚੋ, 100 ਨੰਬਰ ਦਾ ਪੇਪਰ ਹੈ, 1 ਨੰਬਰ ਦਾ 1 ਕੁਸ਼ਚਨ, ਅਤੇ 50% ਚਾਹੀਦੇ ਆ ਤੁਹਾਨੂੰ 50 ਕੁਸ਼ਚਨਾਂ ਦੇ ਵਿੱਚ, ਯਾਨੀ 50 ਦਾ 50% ਵਿੱਚੋਂ 25 ਨੰਬਰ ਹੋ ਗਿਆ। ਪੰਜਾਬੀ ਦੇ ਵਿੱਚ ਤੁਹਾਨੂੰ 25 ਨੰਬਰ ਮਿਨੀਮਮ ਕੁਆਲੀਫਾਈਂਗ ਚਾਹੀਦੇ ਆ ਬੱਚੋ, ਜੇ ਤੁਸੀਂ ਪੇਪਰ ਨੂੰ ਪਾਸ ਕਰਨਾ ਹੈ। ਜੇ ਤੁਹਾਡੇ ਮਿਨੀਮਮ ਕੁਆਲੀਫਾਈਂਗ ਨਹੀਂ ਆਉਂਦੇ ਤਾਂ ਤੁਹਾਨੂੰ ਜਿਹੜਾ ਹੈ ਪੇਪਰ ਕੁਆਲੀਫਾਈਂਗ ਨਹੀਂ ਮੰਨਿਆ ਜਾਊਗਾ ਬੱਚੋ, ਠੀਕ ਹੈ, ਅਤੇ ਤੁਸੀਂ ਅਗਲੇ ਸਟੇਜ ਦੇ ਵਿੱਚ ਨਹੀਂ ਜਾ ਸਕਦੇ ਫਿਰ। ਹੁਣ 100 ਨੰਬਰ ਦੇ ਵਿੱਚ ਕੀ ਆਊਗਾ ਬੱਚੋ, ਜਨਰਲ ਅਵੇਅਰਨੈਸ ਹੋਊਗੀ 35 ਕੁਸ਼ਚਨ, ਠੀਕ ਹੈ। ਇਹਦੇ ਵਿੱਚ ਤੁਹਾਡਾ ਜਿਹੜਾ ਪੋਲੀਟੀਕਲ ਸਾਇੰਸ ਹੈ, ਪੋਲੀਟੀ ਹੋਊਗੀ, ਹਿਸਟਰੀ ਹੋ ਗਈ, ਜੋਗ੍ਰਾਫੀ, ਕਲਚਰ, ਠੀਕ ਹੈ, ਸਾਇੰਸ ਅਤੇ ਕਰੰਟ ਅਫੇਅਰਸ, ਇਹ ਸਾਰਾ ਆਊਗਾ ਬੱਚੋ। ਇਹਦੇ ਵਿੱਚ ਇਕਨੋਮਿਕਸ ਨਹੀਂ ਪੜ੍ਹਨ ਦੀ ਲੋੜ ਹੈ ਤੁਹਾਨੂੰ, ਥੋੜ੍ਹੀ ਪੰਜਾਬ ਦੀ ਇਕੋਨਮੀ ਐਂਡ ਕਲਚਰ ਬਾਰੇ ਤੁਹਾਨੂੰ ਦੇਖਣਾ ਪੈਣਾ। ਇੰਡੀਆ ਦੀ ਪੂਰੇ ਆਲ ਓਵਰ ਇੰਡੀਆ ਦੀ ਇਕਨੋਮਿਕ ਪੜ੍ਹਨ ਦੀ ਜ਼ਿਆਦਾ ਫੋਕਸ ਨਾ ਕਰਿਓ। ਹਿਸਟਰੀ, ਜੋਗ੍ਰਾਫੀ, ਕਲਚਰ ਐਂਡ ਇਕਨੋਮੀ ਆਫ ਪੰਜਾਬ,
ਤੇ ਬੇਸਿਕ ਜਿਹੜਾ ਪੋਲੀਟੀਕਲ ਸਿਸਟਮ ਹੈ ਬੱਚੋ ਸਾਡਾ ਉਹ ਪੜ੍ਹ ਸਕਦੇ ਹੋ ਤੁਸੀਂ, ਠੀਕ ਹੈ। ਬਾਕੀ ਸਾਇੰਸ ਐਂਡ ਟੈਕਨੋਲੋਜੀ ਐਂਡ ਕਰੰਟ ਅਫੇਅਰਸ, ਇਹਦੀ ਜਿਹੜੀ ਕਲਾਸਿਸ ਹੈ ਉਹ ਸਾਡੇ IBS ਦੇ ਵਿੱਚ ਤੁਸੀਂ ਅਵੇਲ ਕਰ ਸਕਦੇ ਹੋ ਬੱਚੋ। ਤੁਸੀਂ ਫਿਜ਼ੀਕਲ ਬੈਚਿਸ ਵੀ ਅਵੇਲ ਕਰ ਸਕਦੇ ਹੋ, ਯਾਨੀ ਆਫਲਾਈਨ ਕਲਾਸਿਸ ਜਾਂ ਆਨਲਾਈਨ ਕਲਾਸਿਸ, ਦੋਨੋਂ ਅਵੇਲ ਕਰ ਸਕਦੇ ਹੋ ਬੱਚੋ, ਠੀਕ ਹੈ, ਓਕੇ। ਅਤੇ ਤੁਸੀਂ ਗਿਵਨ ਨੰਬਰਸ 'ਤੇ ਤੁਸੀਂ ਫੋਨ ਕਰਕੇ ਆਪਣੀ ਪੂਰੀ ਡਿਟੇਲ ਜੋ ਜਾਣਕਾਰੀ ਹੈ ਬੱਚੋ ਇਹਦੇ ਬਾਰੇ ਤੁਸੀਂ ਪਾ ਸਕਦੇ ਹੋ। ਸੈਕਿੰਡ ਪੇਪਰ ਜਿਹੜਾ ਹੋਗਾ ਉਹ ਕੁਆਂਟ ਦਾ ਹੋਗਾ ਬੱਚੋ, ਸਿੰਪਲੀਫਿਕੇਸ਼ਨ ਐਵਰੇਜ, ਸਾਰੇ ਜਿਹੜੇ ਬੇਸਿਕ ਮੈਥਸ ਦੇ ਪੇਪਰ ਹੁੰਦੇ ਜਿੱਦਾਂ ਬਾਕੀ ਪੰਜਾਬ ਦੇ ਬਾਕੀ ਪੇਪਰਾਂ 'ਚ ਵੀ ਆਉਂਦੇ ਨੇ ਬੱਚੋ, 20 ਨੰਬਰ ਦਾ ਪੇਪਰ ਹੋਊਗਾ। ਉਸ ਤੋਂ ਬਾਅਦ ਬੱਚੋ ਮੈਂਟਲ ਐਬਿਲਿਟੀ ਰੀਜਨਿੰਗ ਦਾ ਪੇਪਰ ਆਉਣਾ ਬੱਚੋ, 20 ਨੰਬਰ ਦਾ, 20 ਮਾਰਕਸ। ਇਹਦੇ ਵਿੱਚ ਸਟੇਟਮੈਂਟ ਸੀਰੀਜ਼, ਆਰਡਰਿੰਗ ਐਂਡ ਰੈਂਕਿੰਗ, ਜਿਹੜਾ ਬੇਸਿਕ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਬਾਕੀ ਪੇਪਰਾਂ ਦੇ ਵਿੱਚ ਆਉਂਦਾ, ਡਾਇਰੈਕਸ਼ਨ ਹੋ ਗਿਆ, ਰਿਲੇਸ਼ਨਸ਼ਿਪ ਹੋ ਗਿਆ, ਬਲੱਡ ਰਿਲੇਸ਼ਨ ਹੋ ਗਿਆ ਸਾਰਾ, ਠੀਕ ਹੈ। ਇੰਗਲਿਸ਼ ਦੇ ਵਿੱਚ ਬੱਚੋ 10 ਨੰਬਰ ਦਾ ਪੇਪਰ ਹੈ, ਇਹਦੇ ਵਿੱਚ ਕੰਪਰੀਹੈਂਸ਼ਨ ਆ ਗਿਆ, ਪੰਜਾਬੀ ਟੂ ਇੰਗਲਿਸ਼ ਟ੍ਰਾਂਸਲੇਸ਼ਨ ਆ ਗਿਆ, ਫਿਲਿੰਗ ਦ ਬਲੈਂਕਸ, ਵੋਕੈਬਲਰੀ, ਇਹ ਸਾਰਾ ਬੇਸਿਕ 10 ਕੁਸ਼ਚਨਾਂ ਦੇ ਵਿੱਚ 10 ਕੁਸ਼ਚਨ ਆਉਣਗੇ ਬੱਚੋ, ਇੱਕ ਨੰਬਰ, ਇੱਕ ਕੁਸ਼ਚਨ ਦਾ ਇੱਕ ਨੰਬਰ ਆਊਗਾ, ਠੀਕ ਹੈ। ਪੰਜਾਬੀ ਸਕਿੱਲ ਦੇ ਇੱਥੇ 10 ਕੁਸ਼ਚਨ ਆਉਣਗੇ, ਸ਼ੁੱਧ ਅਸ਼ੁੱਧ ਹੋ ਗਿਆ, ਠੀਕ ਹੈ, ਸਵਰਨਾਰਥਕ ਵਿਰੋਧੀ ਸ਼ਬਦ ਹੋ ਗਿਆ, ਬਾਕੀ ਇਹ ਤੁਸੀਂ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਹੋ ਗਿਆ, ਟ੍ਰਾਂਸਲੇਸ਼ਨ ਹੋ ਗਈ, ਪੈਸੇਜ ਹੋ ਗਿਆ ਬੱਚੋ, ਸਾਰਾ ਇਹ ਇੱਦਾਂ ਦੀਆਂ ਚੀਜ਼ਾਂ 10 ਕੁਸ਼ਚਨ ਆਉਣਗੇ ਬੱਚੋ 10 ਨੰਬਰ ਦੇ। ਫਿਰ ਡਿਜੀਟਲ ਲਿਟਰੇਸੀ ਹੋ ਗਈ, MS ਵਰਡ, ਕੰਪਿਊਟਰ, ਪਾਵਰ ਪੁਆਇੰਟ, ਇਹ ਸਾਰਾ ਬੇਸਿਕ ਬੇਸਿਕ ਜਿਹੜੀਆਂ ਚੀਜ਼ਾਂ, 5 ਕੁਸ਼ਚਨ 5 ਨੰਬਰ ਦੇ ਬੱਚੋ ਕੰਪਿਊਟਰ ਦੇ, ਠੀਕ ਹੈ। ਇਹ ਹੋ ਗਿਆ ਬੱਚੋ 10 ਅਤੇ 10 15 ਅਤੇ 5 25, 10 ਅਤੇ 10 20 ਅਤੇ 5 25, 25 ਅਤੇ 20 45, 65 ਅਤੇ 100, 100 ਕੁਸ਼ਚਨ ਪੂਰੇ ਹੋ ਜਾਂਦੇ ਬੱਚੋ ਇੱਥੇ, ਠੀਕ ਹੈ, ਇੱਥੇ 100 ਕੁਸ਼ਚਨ ਪੂਰੇ ਹੋ ਜਾਂਦੇ ਆ। ਅਤੇ ਜਿਹੜਾ ਦੂਜਾ ਪੇਪਰ ਹੋਊਗਾ ਬੱਚੋ, ਇਹ ਪੰਜਾਬੀ ਦਾ ਪੇਪਰ ਹੋਊਗਾ, ਮੈਂਡੇਟਰੀ 50 ਕੁਸ਼ਚਨ, ਇਹਦੇ ਵਿੱਚੋਂ 50% ਯਾਨੀ 25 ਨੰਬਰ ਲੈਣੇ ਜ਼ਰੂਰੀ ਹੈ ਬੱਚੋ, ਕੰਪਲਸਰੀ, ਠੀਕ ਹੈ। ਇਹ ਤੁਸੀਂ ਪੇਪਰ 1 ਪੇਪਰ 2 ਪਹਿਲੇ ਸਟੇਜ ਦੇ ਬੱਚੋ ਪਾਸ ਜੇ ਹੁੰਦਾ ਤੁਹਾਡਾ, ਤਾਂ ਤੁਸੀਂ ਅਗਲੇ ਸਟੇਜ 'ਤੇ ਜਾਓਗੇ। ਇਹ ਤੁਸੀਂ ਦੇਖ ਸਕਦੇ ਹੋ ਡਿਊਰੇਸ਼ਨ 1 ਆਵਰ ਦੀ ਹੋਊਗੀ, ਇਹਦੀ ਮੈਕਸੀਮਮ ਮਾਰਕਸ 50 ਨੰਬਰ ਹੋਣਗੇ, ਠੀਕ ਹੈ। ਅਤੇ ਇਹਦੀ ਜਿਹੜੀ ਡਿਊਰੇਸ਼ਨ ਹੈ ਬੱਚੋ 2 ਘੰਟੇ, 2 ਆਵਰਸ ਦੇ ਵਿੱਚ ਤੁਸੀਂ 100 ਕੁਸ਼ਚਨ ਕਰਨੇ ਨੇ, ਮੈਕਸੀਮਮ ਮਾਰਕਸ ਇਹਦੇ 100 ਨੰਬਰ ਹੈ, ਓਕੇ। 2 ਘੰਟੇ ਦੇ ਵਿੱਚ 100 ਕੁਸ਼ਚਨ ਕਰਨੇ ਨੇ, ਇਹਦੀ ਕੱਟ ਆਫ ਕਾਫੀ ਜਾਂਦੀ ਹੈ ਬੱਚੋ, 70-75 ਨੰਬਰ ਜਾਂਦੀ ਹੈ ਆਰਾਮ ਨਾਲ। ਅਤੇ ਤੁਹਾਨੂੰ ਜਿਹੜਾ ਇਹਦਾ ਸਟੱਡੀ ਦਾ ਲੈਵਲ ਹੈ ਬੱਚੋ ਚੰਗਾ ਰੱਖਣਾ ਪੈਣਾ, ਬਿਕੋਜ਼ ਇਹ ਇੱਦਾਂ ਨਹੀਂ ਕਿ ਤੁਸੀਂ 50% ਜਾਂ 40% ਨੰਬਰ ਲੈ ਕੇ ਤੁਸੀਂ ਪਾਸ ਕਰ ਲਓ ਬੱਚੋ, ਉਹਦਾ ਫਿਰ ਕੋਈ ਫਾਇਦਾ ਨਹੀਂ ਹੋਣਾ, ਕਿਉਂਕਿ ਵੈਕੈਂਸੀ ਇੰਨੀ 1746 ਵੈਕੈਂਸੀ ਹੈ ਬੱਚੋ, ਉਹਦੇ ਵਿੱਚੋਂ 1.5-2 ਲੱਖ ਜਿਹੜੇ ਬੱਚੇ ਪੇਪਰ ਦਿੰਦੇ ਨੇ, ਉਹ ਜੇ ਪਾਸ ਤੁਸੀਂ ਕਰਨਾ ਤਾਂ ਉਹਨਾਂ ਨੂੰ ਕੰਪੀਟ ਕਰਕੇ ਬੱਚੇ ਅੱਗੇ ਵਧਣਾ ਪੈਣਾ, 70-75 ਤੁਹਾਡਾ ਟਾਰਗੇਟ ਹੋਣਾ ਚਾਹੀਦਾ, 70-75 ਮਾਰਕਸ ਤੁਸੀਂ ਉਹਨੂੰ ਲੈਣੇ ਪੈਣੇ ਬੱਚੋ, ਠੀਕ ਹੈ, ਓਕੇ। ਨਾਓ ਦੇ ਵਿਲ ਬੀ ਨੋ ਨੈਗੇਟਿਵ ਮਾਰਕਿੰਗ, ਕੋਈ ਨੈਗੇਟਿਵ ਮਾਰਕਿੰਗ ਨਹੀਂ ਪੇਪਰ ਦੇ ਵਿੱਚ। ਅਤੇ ਜਿਹੜਾ ਪੇਪਰ ਉਸ ਤੋਂ ਬਾਅਦ ਜਿਹੜੇ ਬੱਚੇ ਅੱਗੇ ਜਾਣਗੇ, ਫਿਜ਼ੀਕਲ ਸਕਰੀਨਿੰਗ ਟੈਸਟ ਹੋਊਗਾ ਬੱਚੋ, ਇਹਦੇ ਵਿੱਚ ਜਿਹੜਾ ਫਿਜ਼ੀਕਲ ਮੈਜ਼ਰਮੈਂਟ ਹੋਊਗਾ ਬੱਚੋ, ਠੀਕ ਹੈ। ਉਸ ਤੋਂ ਬਾਅਦ ਤੁਹਾਡਾ ਰਨਿੰਗ ਰੋਨਿੰਗ ਜਿਹੜੀ ਵੀ ਹੁੰਦੀ ਹੈ ਤੁਹਾਡਾ ਸਾਰਾ ਕੀਤਾ ਜਾਊਗਾ। ਅਤੇ ਤੁਸੀਂ ਸ਼ੁਰੂ 'ਚ ਹੀ ਬੱਚੋ ਜਿੱਦਾਂ ਇਹ ਰਨਿੰਗ ਹੋ ਗਿਆ, ਲੌਂਗ ਜੰਪ ਹੋ ਗਿਆ, ਹਾਈ ਜੰਪ ਹੋ ਗਿਆ, ਇਹ ਹਾਈਟ ਮੈਜ਼ਰਮੈਂਟ ਹੋਗੀ, ਠੀਕ ਹੈ। ਸ਼ੁਰੂ ਤੋਂ ਹੀ ਜਦ ਤੁਸੀਂ ਤਿਆਰੀ ਸ਼ੁਰੂ ਕੀਤੀ ਹੈ ਤਾਂ ਸਟੇਜ 2 ਵੀ ਦੇ ਨਾਲ ਨਾਲ ਤੁਸੀਂ ਤਿਆਰੀ ਕਰੋ, ਠੀਕ ਹੈ। ਰੈਗੂਲਰ ਤੁਸੀਂ ਰਨਿੰਗ ਜਿਹੜੀ ਹੈ ਆਪਣੀ ਜਾਂ ਲੌਂਗ ਜੰਪ ਹੈ ਉਹਨੂੰ ਸਟਾਰਟ ਕਰਨਾ ਸ਼ੁਰੂ ਕਰ ਦਿਉ ਬੱਚੋ ਹੁਣੀ ਤੋਂ, ਕਿਉਂਕਿ ਪੇਪਰ ਜੇ ਪਾਸ ਹੋਊਗਾ ਬੱਚੋ 15-20 ਦਿਨ ਦੇ ਵਿੱਚ ਤੁਹਾਡੀ ਸਕਰੀਨਿੰਗ ਜਾਂ 1 ਮਹੀਨੇ ਦੇ ਵਿੱਚ ਤੁਹਾਡੀ ਸਕਰੀਨਿੰਗ ਜਿਹੜਾ ਫਿਜ਼ੀਕਲ ਸਕਰੀਨਿੰਗ ਦਾ ਟੈਸਟ ਆ ਜਾਊਗਾ। ਅਤੇ ਉਸ ਤੋਂ ਬਾਅਦ ਫਿਰ ਨਾ ਇੱਦਾਂ ਹੁੰਦਾ ਵੀ ਇਹਦੇ ਵਾਸਤੇ ਜ਼ਿਆਦਾ ਟਾਈਮ ਬਚਦਾ ਨਹੀਂ, ਮਤਲਬ ਇਹਦੀ ਨਾ ਇੰਡੋਰੈਂਸ ਕੈਪੇਬਿਲਿਟੀ ਜਿਹੜੀ ਹੈ ਆਪਣੀ ਉਹ ਇੰਨੀ ਜਿਹੜੀ ਹੈ ਅਕੋਰਡਿੰਗ ਟੂ ਦ ਪੇਪਰ ਉਹ ਇੰਨੀ ਹੋ ਨਹੀਂ ਸਕਦੀ, ਠੀਕ ਹੈ ਉਦੋਂ। ਅਤੇ ਤੁਸੀਂ ਜੇ ਹੁਣੇ ਤੋਂ ਸਟਾਰਟ ਕਰੋਗੇ ਤਾਂ ਕਾਫੀ ਤੁਹਾਡਾ ਜਿਹੜਾ ਹੈ ਇਹਦੇ ਵਿੱਚ ਕੰਮ ਆਸਾਨ ਹੋਊਗਾ ਬੱਚੋ ਤੁਹਾਨੂੰ, ਠੀਕ ਹੈ। ਅਤੇ ਫੋਰ ਮੇਲ ਕੈਂਡੀਡੇਟਸ ਲੈਸ ਦੈਨ 35 ਈਅਰਸ ਆਫ ਏਜ, 1600 ਮੀਟਰ, ਠੀਕ ਹੈ,
ਇੰਕਲੂਡਿੰਗ ਐਕਸ ਸਰਵਿਸਮੈਨ। 1600 ਮੀਟਰ ਰੇਸ ਹੋਊਗੀ, ਫਿਰ ਲੌਂਗ ਜੰਪ 3.8 ਮੀਟਰ, 3 ਚਾਂਸਿਸ ਮਿਲਣਗੇ ਬੱਚੋ, ਜਿਹੜਾ ਮੈਕਸੀਮਮ ਹੋਊਗਾ ਉਹ ਮੰਨਿਆ ਜਾਊਗਾ। ਹਾਈ ਜੰਪ 1.1 ਮੀਟਰ, 3 ਚਾਂਸਿਸ ਹੋਣਗੇ, ਜਿਹੜਾ ਹਾਈਐਸਟ ਹੋਊਗਾ ਬੱਚੋ ਉਹ ਮੰਨਿਆ ਜਾਊਗਾ ਤੁਹਾਡਾ, ਠੀਕ ਹੈ। ਅਤੇ 1600 ਮੀਟਰ ਦੀ ਰੇਸ ਹੈ, ਇਹ ਕਰਨੀ ਹੈ ਬੱਚੋ 6.5 ਮਿੰਟ ਦੇ ਵਿੱਚ ਤੁਸੀਂ 1600 ਮੀਟਰ ਭੱਜਣਾ ਬੱਚੋ, ਠੀਕ ਹੈ, ਫੋਰ ਮੇਲ ਕੈਂਡੀਡੇਟਸ। ਜਿਹੜੇ ਫੀਮੇਲ ਦੀ ਹੈ, ਫੀਮੇਲ ਕੈਂਡੀਡੇਟਸ ਵਿੱਚੋਂ 800 ਮੀਟਰ ਹੈ 4.5 ਮਿੰਟ ਦੇ ਵਿੱਚ, ਅਤੇ ਲੌਂਗ ਜੰਪ 3 ਮੀਟਰ ਹੈ ਅਤੇ 0.95 ਮੀਟਰ ਇਹਦਾ ਹਾਈ ਜੰਪ ਵਿੱਚ, ਠੀਕ ਹੈ। ਤੁਸੀਂ ਦੇਖ ਸਕਦੇ ਹੋ ਮੋਰ ਦੈਨ 35 ਜਿਹੜੇ ਐਕਸ ਸਰਵਿਸਮੈਨ ਹੈ ਉਹਨਾਂ ਵਾਸਤੇ ਥੋੜ੍ਹੀ ਘੱਟ ਹੈ, ਕਿਉਂਕਿ ਐਂਡੋਰੈਂਸ ਉੰਨੀ ਘੱਟ ਜਾਂਦੀ ਬੱਚੋ, ਠੀਕ ਹੈ। ਤੁਸੀਂ ਆਪਣੇ ਸਟੇ ਆਪਣੇ ਹਿਸਾਬ ਨਾਲ ਤੁਸੀਂ ਇਹ ਦੇਖ ਸਕਦੇ ਹੋ ਕਿਹੜੀ ਤੁਸੀਂ ਕੈਟੇਗਰੀ 'ਚ ਬਿਲੋਂਗ ਕਰਦੇ ਹੋ, ਠੀਕ ਹੈ। ਫਿਰ ਡਾਕੂਮੈਂਟ ਵੈਰੀਫਿਕੇਸ਼ਨ ਹੋ ਗਈ, ਐਡਮਿਟ ਕਾਰਡ, ਡੇਟ, ਟਾਈਮ, ਵੈਨਿਊ, ਠੀਕ ਹੈ, ਪਰੂਫ ਆਫ ਆਧਾਰ ਕਾਰਡ, ਇੰਡੀਅਨ ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਜਿਹੜੇ ਵੀ ਡਾਕੂਮੈਂਟੇਸ਼ਨ ਵਿੱਚ ਵਿੱਚ ਰਿਕੁਆਇਰਡ ਹੈ ਉਹ ਤੁਹਾਨੂੰ ਇਸ 'ਚ ਤੁਹਾਨੂੰ ਸ਼ੋਅ ਕਰਨੀ ਪੈਣੀ। ਜਿਹੜੀ ਵੀ ਤੁਹਾਡੇ ਕੁਆਲੀਫਿਕੇਸ਼ਨ ਹੈ ਪਲੱਸ 2 ਹੈ ਉਹ ਸਾਰੇ ਡਾਕੂਮੈਂਟਸ ਤੁਹਾਨੂੰ ਲੈ ਕੇ ਜਾਣੇ ਪੈਣੇ ਬੱਚੋ, ਠੀਕ ਹੈ। ਅਤੇ ਐਪਲੀਕੇਸ਼ਨ ਫੀਸ ਜਿਹੜੀ ਹੈ ਉਹ ਜਨਰਲ ਦੀ 500 ਰੁਪਏ, ਐਗਜ਼ਾਮੀਨੇਸ਼ਨ ਫੀਸ 650, ਅਤੇ ਟੋਟਲ ਆਪਣੀ ਬਣ ਜਾਂਦੀ ਹੈ ਬੱਚੋ 1150, ਠੀਕ ਹੈ। ਕਾਫੀ ਜ਼ਿਆਦਾ ਵੈਸੇ, ਬਟ ਇਹੀ ਰੈਗੂਲਰ ਚੱਲਦੀ ਆ ਰਹੀ ਹੈ ਬੱਚੋ ਸ਼ੁਰੂ ਤੋਂ ਹੀ। ਅਤੇ ਐਕਸ ਸਰਵਿਸਮੈਨ ਜਿਹੜੀ ਹੈ 500 ਰੁਪਏ ਉਹਨਾਂ ਵਾਸਤੇ ਐਗਜ਼ਾਮੀਨੇਸ਼ਨ ਫੀਸ ਨਿਲ ਹੈ, ਅਤੇ 500 ਰੁਪਏ ਟੋਟਲ ਹੋਣਗੇ। ਐਸ ਸੀ ਐਸ ਟੀ ਵਾਸਤੇ 500-150, 650 ਰੁਪਏ, ਇਕਨੋਮੀ EWS ਵਾਸਤੇ ਵੀ 650 ਰੁਪਏ, ਅਤੇ ਟੋਟਲ ਇੰਨੇ ਪੈਸੇ ਤੁਹਾਨੂੰ ਫੋਰਮ ਭਰਨ ਵਾਸਤੇ ਕਰਨੇ ਪੈਣੇ, ਠੀਕ ਹੈ, ਅਰੇਂਜ, ਓਕੇ। ਅਤੇ ਸਾਡਾ ਜਿਹੜਾ ਇਹਦਾ ਫਿਜ਼ੀਕਲ ਬੈਚ ਹੈ ਬੱਚੋ ਉਹ ਸ਼ੁਰੂ ਹੋ ਰਿਹਾ, ਅਤੇ ਜਿਹੜੇ ਵੀ ਬੱਚੇ ਇੰਟਰਸਟਿਡ ਨੇ ਪੰਜਾਬ ਤੋਂ, ਜਿਹੜੇ ਵੀ ਬੱਚੇ ਪੰਜਾਬ ਪੁਲਿਸ ਦੇ ਨੂੰ ਸਰਵ ਕਰਨਾ ਚਾਹੁੰਦੇ ਨੇ ਜਾਂ ਅੱਗੇ ਆਪਣਾ ਫਿਊਚਰ ਦੇਖਦੇ ਪਏ ਨੇ ਪੰਜਾਬ ਪੁਲਿਸ ਦੇ ਵਿੱਚ, ਤਾਂ ਤੁਸੀਂ IBS ਦੇ ਗਿਵਨ ਸੈਂਟਰਸ ਦੇ ਉੱਤੇ ਤੁਸੀਂ ਜਾ ਕਰ ਆਪਣਾ ਫਿਜ਼ੀਕਲ ਬੈਚ ਬਾਰੇ ਪੁੱਛ ਸਕਦੇ ਹੋ। ਅਤੇ ਜਾਂ ਫਿਰ ਜੇ ਤੁਸੀਂ ਦੂਰ ਰਹਿੰਦੇ ਹੋ ਕਿਤੇ, ਜਿਹੜੇ ਜਿਹੜੇ IBS ਦੇ ਸੈਂਟਰ ਨਹੀਂ ਹੈਗੇ ਨੇ, ਬ੍ਰਾਂਚ ਨਹੀਂ ਹੈ, ਤਾਂ ਤੁਸੀਂ ਔਨਲਾਈਨ ਕਲਾਸ ਵੀ ਲੈ ਸਕਦੇ ਹੋ ਬੱਚੋ। ਸਾਡੇ ਜਿਹੜੇ ਪੰਜਾਬ ਦੇ ਵਿੱਚ ਬ੍ਰਾਂਚਿਸ ਨੇ ਉਹ, ਇੱਕ ਤਾਂ ਸਾਡਾ ਚੰਡੀਗੜ੍ਹ ਦੇ ਵਿੱਚ ਮੇਨ ਹੈੱਡ ਆਫਿਸ ਹੈ ਬੱਚੋ, ਚੰਡੀਗੜ੍ਹ ਤੁਸੀਂ ਆ ਸਕਦੇ ਹੋ, ਮੋਸਟ ਵੈਲਕਮ। ਅਦਰਵਾਈਜ਼ ਸਾਡਾ ਰੋਪੜ ਦੇ ਵਿੱਚ ਵੀ ਆਫਿਸ ਬ੍ਰਾਂਚ ਹੈਗੀ ਹੈ, ਉੱਥੇ ਵੀ ਤੁਸੀਂ ਜਾ ਸਕਦੇ ਹੋ, ਰੋਪੜ ਦੇ ਵਿੱਚ, ਜਲੰਧਰ, ਸੰਗਰੂਰ, ਠੀਕ ਹੈ। ਅਤੇ ਇੱਥੇ ਤੁਸੀਂ ਜਾ ਕੇ ਆਪਣਾ ਜਿਹੜਾ ਹੈ ਫਿਜ਼ੀਕਲ ਤਿਆਰੀ ਸ਼ੁਰੂ ਕਰ ਸਕਦੇ ਹੋ, ਜਾਂ ਫਿਰ ਸਾਡੇ ਚੰਡੀਗੜ੍ਹ ਤੋਂ ਬ੍ਰਾਂਚ ਤੋਂ ਜਿਹੜੀ ਵੀ ਔਨਲਾਈਨ ਕਲਾਸਿਸ ਚੱਲਦੀਆਂ ਬੱਚੋ, ਉਹਨਾਂ ਦੀ ਫੈਸਿਲਿਟੀਸ ਤੁਸੀਂ ਅਵੇਲ ਕਰ ਸਕਦੇ ਹੋ। ਅਤੇ ਟੈਸਟ ਸੀਰੀਜ਼, ਬੁੱਕਸ, ਮਟੀਰੀਅਲ, ਸਾਰਾ ਕੁਝ ਇੱਥੋਂ ਹੀ ਮਿਲੂਗਾ ਤੁਹਾਨੂੰ, ਤੁਹਾਨੂੰ ਬਾਹਰੋਂ ਜਾਂ ਕਿਤੋਂ ਹੋਰ ਤੋਂ ਕੁਛ ਵੀ ਲੈਣ ਦੀ ਲੋੜ ਨਹੀਂ ਪੈਣੀ ਬੱਚੋ, ਠੀਕ ਹੈ। ਟੈਸਟ ਸੀਰੀਜ਼ ਵੀ ਇੱਥੋਂ ਮਿਲੂਗੀ, ਸਾਰੀ ਤੁਹਾਨੂੰ ਤਿਆਰੀ ਜਿਹੜੀ ਹੈ ਸ਼ੁਰੂ ਤੋਂ ਲੈ ਕੇ ਲਾਸਟ ਤੱਕ, ਅਸੀਂ 3-4 ਮੰਥਸ ਦਾ ਜਿਹੜਾ ਬੈਚ ਹੈ ਉਹ ਅਸੀਂ ਇੱਥੋਂ ਚਲਾਵਾਂਗੇ, ਅਤੇ ਇੱਥੋਂ ਹੀ ਸ਼ੁਰੂ ਹੋਊਗਾ ਸਾਰਾ, ਠੀਕ ਹੈ, ਓਕੇ। ਅਤੇ ਜਿਹੜੇ ਵੀ ਬੱਚੇ ਇੰਟਰਸਟਿਡ ਨੇ ਉਹ ਗਿਵਨ ਨੰਬਰ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ, ਅਤੇ ਆਪਣੀ ਸੀਟ ਜਿਹੜੀ ਹੈ ਉਹ ਬੁੱਕ ਕਰ ਸਕਦੇ ਹੋ, ਅਤੇ ਅੱਗੇ ਆਪਣੀ ਤਿਆਰੀ ਸ਼ੁਰੂ ਕਰ ਸਕਦੇ ਹੋ ਬੱਚੋ, ਠੀਕ ਹੈ, ਓਕੇ। ਚਲੋ ਅੱਜ ਵਾਸਤੇ ਇੰਨਾ ਹੀ, ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਜ਼ਰੂਰ ਲਾਈਕ ਕਰਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਅੱਗੇ ਜਿਹੜੀ ਨੋਟੀਫਿਕੇਸ਼ਨ ਆਉਣਗੀ ਬੱਚੋ, ਅੱਗੇ ਜਿਹੜੀ ਕੋਈ ਅਪਡੇਟ ਆਊਗੀ ਤਾਂ ਤੁਹਾਨੂੰ ਪ੍ਰੋਪਰ ਟਾਈਮਲੀ ਮਿਲਦੀ ਰਹੇ, ਓਕੇ। ਚਲੋ ਬੈਸਟ ਵਿਸ਼ਿਸ ਸਭ ਨੂੰ, ਬਹੁਤ ਬਹੁਤ ਅੱਗੇ IBS ਦੇ ਵੱਲੋਂ ਸਾਰਿਆਂ ਨੂੰ ਬਹੁਤ ਬੈਸਟ ਵਿਸ਼ਿਸ, ਤਾਂ ਕਿ ਤੁਸੀਂ ਵਧੀਆ ਤਿਆਰੀ ਕਰੋ, ਅਤੇ ਆਪਣਾ ਜਿਹੜਾ ਹੈ ਪੇਪਰ ਇਹਨੂੰ ਭਰ ਕੇ ਤੁਸੀਂ ਕਲੀਅਰ ਕਰੋ, ਠੀਕ ਹੈ। ਚਲੋ ਅੱਜ ਦਾ ਸੈਸ਼ਨ ਇੰਨਾ ਹੀ ਰੱਖਾਂਗੇ ਬੱਚੋ, ਠੀਕ ਹੈ, ਥੈਂਕ ਯੂ, ਟੇਕ ਕੇਅਰ, ਅਗਲੀ ਕਲਾਸ ਨੂੰ ਮਿਲਾਂਗੇ, ਅਗਲੀ ਨੋਟੀਫਿਕੇਸ਼ਨ ਨਾਲ ਮਿਲਾਂਗੇ ਜ਼ਰੂਰ ਜਲਦੀ ਹੀ। ਅਤੇ ਪੰਜਾਬ ਪੁਲਿਸ ਦਾ ਤੁਹਾਨੂੰ ਪੂਰਾ ਡਿਟੇਲ ਜਿਹੜੀ ਸਿਲੇਬਸ ਹੈ ਅਤੇ ਡਿਟੇਲ ਤਿਆਰੀ ਕਿੱਦਾਂ ਕਰਨੀ ਹੈ ਉਹ ਮੈਂ ਵੀਡੀਓ ਅਗਲੀ ਕਲਾਸ ਨੂੰ ਲੈ ਕੇ ਆਊਂਗਾ, ਠੀਕ ਹੈ, ਓਕੇ ਸਟੂਡੈਂਟਸ, ਥੈਂਕ ਯੂ, ਟੇਕ ਕੇਅਰ, ਬਾਏ, ਸੀ ਯੂ।